ਤੇ ਅੱਜ ਪ੍ਰੈਂਕ ਹੋਣ ਲੱਗਾ ਬਾਬਾ ਜੀ, ਡਰਿੰਕ ਪ੍ਰੈਂਕ। ਸ਼ਰਾਬਾਂ ਪੀਤੀਆਂ ਨੇ, ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕੁਮ, ਕੀ ਹਾਲ ਚਾਲ ਹੈ ਸਾਰਿਆਂ ਦਾ? ਠੀਕ ਠਾਕ ਹੋ? ਫਿਟ ਫਾਟ ਹੋ? A1 ਹੋ? ਤਬੀਅਤ ਕੈਸੀ ਹੈ? ਕਮੈਂਟ ਬੋਕਸ 'ਚ ਦੱਸ ਦਿਓ। ਟਾਈਮ ਜਿਹੜਾ ਤਕਰੀਬਨ ਹੋ ਗਿਆ ਫੁੱਲ ਪਿਛਲੇ ਟਾਈਮ ਦਾ, ਅਤੇ ਅੱਜ ਇਹਨਾਂ ਨੇ ਪਹਿਲਾਂ ਇੱਕ ਕੰਮ ਸੀ, ਉਹ ਕੰਮ ਕਾਇਆ ਅਤੇ ਰੈਸਟ ਰੁਸਟ ਕੀਤਾ। ਅੱਜ ਸਭ ਤੋਂ ਪਹਿਲਾਂ ਮੌਸਮ ਚੈੱਕ ਕਰੋ ਨਾ, ਸਾਡੇ ਪਿੰਡ ਦਾ ਕਿੱਡਾ ਖੂਬਸੂਰਤ ਹੋਇਆ ਹੋਇਆ। ਆਏ ਹਾਏ! ਉਸ ਤੋਂ ਬਾਅਦ ਅੱਜ ਵਲੋਗ ਹੈ ਜੀ, ਸਪੈਸ਼ਲ ਵਲੋਗ। ਬੜੀ ਦੇਰ ਬਾਅਦ ਜਿਹੜਾ ਨਹੀਂ ਅੱਬੂ ਜੀ ਹੋਰਾਂ ਦੇ ਨਾਲ ਕਰਨ ਲੱਗੇ ਹਾਂ ਪ੍ਰੈਂਕ। ਪ੍ਰੈਂਕ ਕਿਹੜਾ? ਪ੍ਰੈਂਕ ਵੀ ਤੁਹਾਨੂੰ ਦੱਸਣਾ ਅਤੇ ਸਭ ਬਾਕੀ ਸਾਰੀ ਜੋ ਵੀ ਕੰਡੀਸ਼ਨ ਹੈ ਤੁਹਾਨੂੰ ਦੱਸਣਾ। ਫੁੱਲ ਮਜ਼ਾ ਆਉਣ ਵਾਲਾ, ਜਿਹੜਾ ਨਹੀਂ ਸੀਟ ਬੈਲਟ ਬੰਨ ਲਓ, ਚੱਸ ਲਓ ਪੂਰੀ, ਹੱਸੀ ਜਾਓ ਹੁਣ ਬਸ। ਅਤੇ ਅੱਜ ਪ੍ਰੈਂਕ ਹੋਣ ਲੱਗਾ ਬਾਬਾ ਜੀ, ਡਰਿੰਕ ਪ੍ਰੈਂਕ। ਸ਼ਰਾਬਾਂ ਪੀਤੀਆਂ, ਡਰਿੰਕ ਪ੍ਰੈਂਕ ਹੋਣ ਲੱਗਾ ਜਿਹੜਾ ਨਹੀਂ ਅੱਜ ਮੈਂ ਹਾਂ ਅਤੇ ਮੇਰੇ ਨਾਲ ਹੀ ਹੈ ਫਿਲਹਾਲ ਹੈ ਭੱਟੀ। ਅਤੇ ਉਸ ਤੋਂ ਬਾਅਦ ਇਹਨੇ ਸਭ ਤੋਂ ਪਹਿਲਾਂ ਮੈਂ ਨਾ ਇਸ ਪ੍ਰੈਂਕ 'ਚ ਸੰਭਾਲ ਨੂੰ ਹੋਣਾ ਚਾਹੀਦਾ, ਉਹ ਤਾਂ ਪਹਿਲਾਂ ਸ਼ਰਾਬਾਂ ਪੀਤੀਆਂ। ਅੱਜ ਦਾ ਵਲੋਗ ਜਿਹੜਾ ਨਹੀਂ ਕਰਦੇ ਸ਼ੁਰੂ, ਵਲੋਗ ਸ਼ੁਰੂ ਹੋਣ ਪਹਿਲਾਂ ਸਬਸਕ੍ਰਾਈਬ ਸਾਰੇ ਜਣੇ ਜ਼ਰੂਰ ਕਰ ਦਿਓ, ਲਾਈਕ ਵੀ ਕਰਨਾ ਅਤੇ ਨਾਲੇ ਅੱਗੋਂ ਦੱਸਿਓ ਕਿਹੜਾ ਕਿਹੜਾ ਪ੍ਰੈਂਕ ਕਰੀਏ। ਅਸਲਾਮੁ ਅਲੈਕੁਮ, ਕੀ ਹਾਲ ਹੈ ਅੱਬੂ ਜੀ? ਠੀਕ ਠਾਕ ਹੋ? ਫਿਟ ਫਾਟ ਹੋ? ਮੈਂ ਕਿਤੇ ਨਹੀਂ, ਮੈਂ ਇੱਥੇ ਹੀ ਤੁਹਾਡੇ ਸਾਹਮਣੇ, ਤੁਹਾਡੀਆਂ ਅੱਖਾਂ ਦੇ ਸਾਹਮਣੇ। ਹੁਣ ਬੜੇ ਤਿਆਰ ਸ਼ਿਆਰ ਹੋ ਕੇ ਬੈਠੇ ਹੋ? ਡਰਿੰਕ ਪ੍ਰੈਂਕ ਅੱਬੂ ਜੀ ਉਹਨਾਂ ਦੇ ਨਾਲ ਕਰਨ ਲੱਗਾ, ਅਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਚੱਲਾਂ ਜੀ ਔਨਲਾਈਨ। ਪੱਟੀ ਆਈਆ, ਕਿੱਥੇ ਰਹਿ ਗਿਆ? ਭਾਈ ਤਾਂ ਨਹੀਂ ਹੈ, ਘਾਟ ਕਿਤੇ ਗਿਆ? ਅਤੇ ਅਸੀਂ ਨਿਕਲ ਪਏ ਜੀ। ਜਾ ਖੁੱਲ ਜਾਣੇ ਨੇ, ਛਾਪੜ ਲਾ ਦੇ, ਛਾਪੜ ਲਾ ਦੇ ਦੋਵਾਂ। ਹੁਣ ਚੱਲਨੇ ਆ ਤਾਂ ਜਾ ਕੇ ਪ੍ਰੈਂਕ ਕਰਨੇ ਆ, ਪ੍ਰੈਂਕ ਠੋਕ ਧਰਨੇ ਆ। ਪ੍ਰੈਂਕ ਤੁਹਾਨੂੰ ਪਤਾ ਜਦੋਂ ਚਰਜੇ ਦੇਣ 'ਚ ਉਦੋਂ ਚਾਰ ਕੇ ਛੱਡਣੇ। ਮਾਸ਼ਾਅੱਲਾ, ਇਸ ਟਾਈਮ ਸਾਡੇ ਪਿੰਡੋਂ ਇੱਥੇ ਬਹੁਤ ਹੀ ਲੈਵਲ ਦਾ, ਜਦੋਂ ਸਨਸੈਟ ਹੋਏ ਨਾ ਬੱਦਲ ਨਾ ਆਉਣ, ਬਹੁਤ ਹੀ ਪਿਆਰਾ ਹੁੰਦਾ। ਸ਼ਰਾਬਾਂ ਪੀਤੀਆਂ, ਧਿਆਨ ਨਾਲ ਸੁਣੀ। ਬਾਕੀ ਜੀ ਪ੍ਰੈਂਕ ਵਾਸਤੇ ਮੈਂ, ਜੈਫਾ, ਸੁਭਾਨ ਨਿਸ਼ਈ ਅਤੇ ਭੱਟੀ, ਚਾਰ ਬੰਦੇ ਹਾਂ ਅਸੀਂ। ਉਹ ਖਲੋਈਆ ਖਲੋਈਆ ਹੀ ਹੈ ਨਹੀਂ ਪੀਣੀ ਆ। ਅਤੇ ਸਭ ਤੋਂ ਪਹਿਲਾਂ ਸਾਨੂੰ ਇੱਕ ਬੰਦੇ ਨੂੰ ਕਰਨੀ ਪੈਣੀ ਹੈ ਨਿਸ਼ਈਆਂ ਵਾਲੀ ਐਕਟਿੰਗ, ਅਤੇ ਇੱਕ ਸਾਡੇ ਕੋਲ ਹੈ ਪਰਮਾਨੈਂਟ, ਤੁਹਾਡੇ ਕੋਲ ਹੈ ਜੇ ਇਹਨੂੰ ਚਾਹੀਦਾ ਚੁਹੀਦਾ ਹੋਇਆ ਤਾਂ ਦੱਸਿਓ। ਬਾਕੀ ਹੁਣ ਅੱਬੂ ਜੀ ਹੋਰੀ ਉੱਤੇ ਨੇ, ਥੱਲੇ ਲੱਗਦੀ ਸੀ ਵੀ ਥੋੜ੍ਹੀ ਗਰਮੀ, ਤਾਂ ਉੱਤੇ ਤੁਰ ਗਏ ਨਾ, ਅਤੇ ਅਸੀਂ ਆ ਬਾਬਾ ਜੀ ਥੱਲੇ। ਹੁਣ ਵੇਖੋ ਬਣਦਾ ਹੈ ਕੀ। ਹੁਣ ਮੇਰੀ ਗੱਲ ਸੁਣ, ਮੈਂ ਅਤੇ ਸੁਭਾਨ ਪੀਵਾਂਗੇ। ਅੱਛਾ, ਉਹ ਉੱਥੇ ਖਲੋ ਕੇ ਨਾ ਭੱਟੀ ਖਲੋ ਕੇ ਬਣਾਏਗਾ ਵੀਡੀਓ, ਅਤੇ ਤੂੰ ਜਾਣਾ ਨਾਲ, ਅਤੇ ਲਕਾਲ ਪੋ ਕੇ ਥੋੜ੍ਹੇ ਬਹੁਤੇ ਸੀਨ ਬਣਾਉਣੇ ਨੇ, ਇਹਨੇ ਕੀ ਰਿਐਕਸ਼ਨ ਆਉਂਦਾ ਉੱਥੋਂ, ਅਤੇ ਦੱਸਣਾ ਦੁੱਸਣਾ ਕਿ ਥੱਲੇ ਭੀੜੇ ਨੇ ਪੂਰੇ, ਧੁੰਨ ਹੋ ਗਈ, ਇਹ ਉਹ ਕਹਿੰਦੇ ਨੇ ਇਕੱਲੇ ਆ ਘਰ, ਅਤੇ ਅੱਜ ਮਤਲਬ ਪੰਪ ਸ਼ੰਪ ਮਾਰਨੇ, ਉਹ ਦੋਨਾਂ ਟੈਨਸ਼ਨ ਨਾ, ਵੇਖੀ ਬਣਦਾ ਕੀ ਆ। ਚੱਲ ਲੈ ਦੇ ਸੁਭਾਨ, ਆ ਜਾ ਮੈਦਾਨ 'ਚ, ਚਲੋ ਤੇਰੇ ਨਾਲ ਨਾ ਆ ਜਾ ਮੈਦਾਨ 'ਚ, ਫੜੀ 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 ਫੜੀ, ਉਹ ਚੈੱਕ ਕਰੋ ਕੈਮਰੇ ਦਾ ਨਾ ਪਤਾ ਨਾ ਲੱਗੇ ਤੇ। ਆਹੋ, ਇੰਜ ਧਿਆਨ ਦੇ ਨਾਲ ਤੂੰ ਜਾਣਾ, ਉਹ ਮੈਂ ਸੀਨ ਬਾਅਦ ਲਾਵਾਂ। ਭੱਟੀ ਕੋ ਇੱਥੇ ਲੋ, ਫੜ ਕੇ ਲੋ ਬਾਅਦ ਵੀਡੀਓ ਬਣਾਉਣਾ ਹੈ, ਉਹਦੇ ਵਿੱਚ ਫਲੈਸ਼ ਹੋਵੇਗਾ, ਫਲੈਸ਼ ਲੈਣ ਦਾ ਤੁਹਾਨੂੰ ਮਾਸੀ, ਵੀਡੀਓ ਬਣਾਉਂਦਾ ਹੈ ਮਗਰ ਮਗਰ ਨਾਲ ਭੰਗ ਮਾਰ। ਥੱਲੇ ਲੱਗੇ ਨੇ ਹੁਣ, ਤੇ ਜਾ ਕੇ ਚਾਚੂ ਹੋਰਾਂ ਨੂੰ ਤੂੰ ਸੱਦ ਦਿੰਦੇ ਆਂ ਦੇ ਨਾਲ। ਅਸਲਾਮੁ ਅਲੈਕੁਮ, ਕੀ ਹਾਲ ਜੀ? ਠੀਕ ਹੋ? ਹੋਰ ਸੁਣਾਓ, ਸਿਹਤ ਵੀ ਇਸ ਬਾਲੇ? ਉਹ ਥੱਲੇ ਨਵਾਂ ਘਟਾ ਖੁੱਲਿਆ, ਕੀ ਹੋਇਆ? ਹੋਰ ਕੀ, ਉਹਨਾਂ ਡਰਿੰਕਿੰਗ ਪੇ
ਮਾਵੀ ਤੇ ਸੁਭਾਨ ਉਦੋਂ ਦੇ ਲੱਗੇ ਅਜੇ ਪੀ ਵੀ ਆਉਂਦੇ ਨੇ ਫਿਰ ਰੁਕਦੇ ਹੀ ਨਹੀਂ ਮੈਂ ਕਿਹਾ ਮੁੜ ਜਾਓ ਕਹਿੰਦੇ ਨੇ ਘਰ ਕੋਈ ਵੀ ਨਹੀਂ ਹੈ ਤੇ ਅੱਜ ਨਾ ਜਸ਼ਨ ਹੋਣ ਗਿਆ ਇੱਥੇ ਚੋਰੀ ਚੋਰੀ ਇਹ ਵੇਖੋ ਬੂਹਾ ਵੇਖ ਲਓ ਦੋਵਾਂ ਪਾਸਿਓਂ ਬੂਹੇ ਮਾਰ ਲਏ ਨੇ ਇਹ ਬੜਾ ਹੈ ਇਹ ਬੜਾ ਹੈ ਇਹ ਬੜਾ ਹੈ ਜਨਾਬਾਂ ਵੀ ਦੀਆਂ
ਅੱਛਾ ਮੈਨੂੰ ਦੱਸੋ ਮਜ਼ਾ ਆਇਆ ਕਿ ਨਹੀਂ ਨਹੀਂ ਪੜਾਂ ਕੀ ਦਾਦਾ ਇਹੋ ਜਿਹੇ ਪੜਾਂ ਨਹੀਂ ਹੁੰਦੇ ਕਹਿੰਦੇ ਹੁੰਦੇ ਅੱਛਾ ਕੀ ਤੁਹਾਡੇ ਦਸ ਰਾਤ ਹੁਣ ਅਬੂ ਜੀ ਹੋਰਾਂ ਨੂੰ ਵੇਖੋ ਪਸੀਨਾ ਕਿੰਜ ਆ ਗਿਆ ਅਬੂ ਦੱਸੋ ਹੁਣ ਜੁੱਤੀਆਂ ਦਾ ਫਕੀ ਨੂੰ ਬੋਲੀਆਂ ਪਈਆਂ ਤੇ ਉਹਦੇ ਵੱਲੋਂ ਇੱਕ ਉਹ ਆਂਦਾ ਹਜੇ ਕਿ ਅੱਜ ਘਰ ਕੋਈ ਵੀ ਨੀ ਮੇਰੇ ਤੇ ਘਰ ਹੈ ਸਾਰੇ ਤੁਸੀਂ ਪਾਗਲ ਹੋ ਯਾਰ ਉਹ ਤੂੰ ਪਾਗਲ ਹੈ ਮਾਵੀ ਤੂੰ ਪਾਗਲ ਉਹ ਤੂੰ ਪਾਗਲ ਪਹਿਲਾਂ ਫਾਰ ਹੋਇਆ ਆਪਣੇ ਵਿਸਕੀ ਮਸ਼ਵਰੇ ਦੇਣ ਵਾਲਾ ਹੀ ਆਇਆ ਜੇ ਮਸ਼ਵਰੇ ਦੇਣ ਵਾਲਾ ਹੀ ਆਇਆ ਮੈਂ ਵੀ ਛੱਡ ਫੜੋ ਇਹਨਾਂ ਕੋ ਫੜ ਲੋ ਇਹਨਾਂ ਕੋ ਫੜ ਲੋ ਬਾਕੀ ਦੀ ਐਸੀ ਆਪਣਾ ਮਜ਼ੇਦਾਰ ਜਿਹਾ ਪ੍ਰੈਂਕ ਉਮੀਦ ਕਰਨਾ ਤੁਹਾਨੂੰ ਚੰਗਾ ਲੱਗਾ ਹੋਏਗਾ ਚੰਗਾ ਲੱਗਾ ਜੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਅੱਗੋਂ ਦੱਸਿਓ ਕਿਹੜਾ ਪ੍ਰੈਂਕ ਕਰੀਏ ਕਹੀਂ ਦਾ ਕਰੀਏ ਸਾਰੇ ਜਣੇ ਕਮੈਂਟ ਕਰਕੇ ਦੱਸਦੇ ਜਾਓ ਅਤੇ ਹੁਣ ਮਿਲਾਂਗੇ ਇਨਸ਼ਾਅੱਲਾ ਕੱਲ੍ਹ ਤੁਹਾਨੂੰ ਨੈਕਸਟ ਵਲੌਗ 'ਚ ਅੱਲਾ ਹਾਫਿਜ਼ ਦੁਆਵਾਂ ਜੀ ਆੜੇ ਕਿ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ।